ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਐਚ ਆਈ ਵੀ ਯਾਨੀ ਕਿ ਏਡਜ਼ ਦੇ ਨਾਲ ਸੰਬੰਧਿਤ ਕੁਝ ਇੰਪੋਰਟੈਂਟ ਐਮਸੀਕਿਊ ਕਰਾਂਗੇ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਐਂਡ ਤੱਕ ਜ਼ਰੂਰ ਦੇਖਿਓ ਨਾਲ ਦੀ ਨਾਲ ਰਿਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਜਿਹੜੇ ਕੈਂਡੀਡੇਟ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਵੋ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀ ਰਵੇ ਸੋ ਤੁਹਾਡਾ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਅਤੇ ਦੇਖਦੇ ਹਾਂ ਕੁਐਸਚਨ ਨੰਬਰ 1 ਹਾਂਜੀ ਐਚ ਆਈ ਵੀ ਦਾ ਪੂਰਾ ਨਾਮ ਹੈ ਇਹਨਾਂ ਦੇ ਵਿੱਚੋਂ ਐਚ ਆਈ ਵੀ ਦਾ ਜਿਹੜਾ ਪੂਰਾ ਨਾਮ ਆ ਉਹ ਕੀ ਆ ਆਪਸ਼ਨ ਏ ਆ ਤੁਹਾਡੇ ਕੋਲੇ ਹਾਂਜੀ ਏ ਨੰਬਰ ਆਪਸ਼ਨ ਹੀ ਆ ਜੀ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ ਬੀ ਨੰਬਰ ਆ ਹਿਊਮਨ ਇਮਿਊਨੋ different virus and c ya health immuno different virus and d ya human immunity different virus so hiv so hiv di jehdi full form hai inna de vich oh tuhada right answer huga ji option number a human immune deficiency virus eh jehda hiv di full form hai hiv da pura naam hai so next ap dekhde ha ji question so eh 1 number question hai jehda eh ਇਹ ਇੰਪੋਰਟੈਂਟ ਕੁਐਸਚਨ ਹੈ ਕਈ ਵਾਰ ਪੇਪਰਾਂ ਦੇ ਵਿੱਚ ਰਿਪੀਟ ਹੁੰਦਾ ਆ ਨੈਕਸਟ 2 ਨੰਬਰ ਕੁਐਸਚਨ ਆਪਾਂ ਦੇਖਦੇ ਆ ਹਾਂਜੀ ਐਚ ਆਈ ਵੀ ਕਿੰਨੇ ਪ੍ਰਕਾਰ ਦੇ ਹਨ ਆਪਸ਼ਨ ਇਹ ਤੁਹਾਡੇ ਕੋਲੇ ਏ 12 ਬੀ 3 ਸੀ 1 ਜਾਂ ਡੀ 2 ਸੋ ਐਚ ਆਈ ਵੀ ਕਿੰਨੀ ਪ੍ਰਕਾਰ ਦੇ ਹਨ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਜੀ ਆਪਸ਼ਨ ਨੰਬਰ ਡੀ ਇਹ ਦੋ ਪ੍ਰਕਾਰ ਦੇ ਹਨ ਨੈਕਸਟ ਆਪਾਂ ਦੇਖਦੇ ਆ 3 ਨੰਬਰ ਕੁਐਸਚਨ HIV ਜ਼ਿਆਦਾਤਰ ਕਿੱਥੇ ਪਾਇਆ ਜਾਂਦਾ ਹੈ HIV 2 ਜ਼ਿਆਦਾਤਰ ਕਿੱਥੇ ਪਾਇਆ ਜਾਂਦਾ ਹੈ ਆਪਸ਼ਨ ਨੇ ਤੁਹਾਡੇ ਕੋਲੇ A ਪਾਕਿਸਤਾਨ B ਭਾਰਤ C ਦੱਖਣੀ ਅਫਰੀਕਾ ਤੇ D ਇੰਗਲੈਂਡ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਆ ਜਿਹੜਾ ਸਭ ਤੋਂ ਜ਼ਿਆਦਾ ਐਚ ਆਈ ਵੀ ਦੇ ਕੇਸ ਪਾਏ ਜਾਂਦੇ ਆ ਕਿੱਥੇ ਪਾਏ ਜਾਂਦੇ ਆ ਤਾਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਸਾਊਥ ਅਫਰੀਕਾ ਦੱਖਣੀ ਅਫਰੀਕਾ ਦੇ ਵਿੱਚ ਇਸ ਦੇ ਬਹੁਤ ਜ਼ਿਆਦਾ ਕੇਸ ਪਾਏ ਜਾਂਦੇ ਹਨ ਨੈਕਸਟ ਆਪਾਂ ਦੇਖਦੇ ਆ ਕੁਐਸਚਨ ਨੰਬਰ 4 ਹਾਂਜੀ ਐਚ ਆਈ ਵੀ ਇਹਨਾਂ ਵਿੱਚੋਂ ਕਿਹੜੇ ਤਰੀਕੇ ਨਾਲ ਫੈਲਦਾ ਹੈ ਤਾਂ ਆਪਸ਼ਨ ਹੈ ਤੁਹਾਡੇ ਕੋਲੇ ਏ ਖੂਨ ਰਾਹੀਂ ਬੀ ਥੁੱਕ ਰਾਹੀਂ ਸੀ ਟੀਕੇ ਰਾਹੀਂ ਜਾਂ ਡੀ ਏ ਅਤੇ ਸੀ ਦੋਹਾਂ ਰਾਹੀਂ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੈ ਉਹ ਹੋ ਜੂਗਾ ਜੀ ਆਪਸ਼ਨ ਨੰਬਰ ਡੀ ਏ ਅਤੇ ਸੀ ਦੋਹਾਂ ਰਾਹੀਂ ਜਿਹੜਾ ਐਚ ਆਈ ਵੀ ਵਾਇਰਸ ਹੈ ਇਹ ਖੂਨ ਰਾਹੀਂ ਅਤੇ ਟੀਕੇ ਰਾਹੀਂ ਇਹ ਦੋਨਾਂ ਤਰੀਕਿਆਂ ਰਾਹੀਂ ਫੈਲਦਾ ਵਾ ਠੀਕ ਹੈ ਜੀ ਜੇਕਰ ਐਚ ਆਈ ਵੀ ਤੋਂ ਪ੍ਰਭਾਵਿਤ ਖੂਨ ਕਿਸੇ ਵਿਅਕਤੀ ਨੂੰ ਚੜ ਜਵੇ ਤਾਂ ਵੀ ਇਹ ਬਿਮਾਰੀ ਹੋ ਸਕਦੀ ਆ ਅਤੇ ਜੇਕਰ ਇੰਜੈਕਸ਼ਨ ਲੱਗ ਜਵੇ ਤਾਂ ਵੀ ਇਹ ਬਿਮਾਰੀ ਹੋ ਸਕਦੀ ਆ ਇਸ ਤੋਂ ਇਲਾਵਾ ਅਸੁਰੱਖਿਅਤ ਜਿਹੜੇ ਯੋਨ ਸੰਬੰਧ ਹੁੰਦੇ ਆ ਉਹਨਾਂ ਦੇ ਨਾਲ ਵੀ ਇਹ ਬਿਮਾਰੀ ਫੈਲ ਜਾਂਦੀ ਆ ਠੀਕ ਹੈ ਜੀ ਇਹਨਾਂ ਪੁਆਇੰਟਾਂ ਨੂੰ ਵੀ ਤੁਸੀਂ ਨੋਟ ਕਰਨਾ ਹੋਊਗਾ ਨੈਕਸਟ ਆਪਾਂ ਦੇਖਦੇ ਆਂ ਕੁਐਸਚਨ ਨੰਬਰ 5 ਹਾਂਜੀ ਕੀ ਐਚ ਆਈ ਵੀ ਪ੍ਰੈਗਨੈਂਟ ਮਾਂ ਕੋਲੋਂ ਬੱਚੇ ਨੂੰ ਐਚ ਆਈ ਵੀ ਹੋ ਸਕਣਾ ਜ਼ਰੂਰੀ ਹੈ ਹਾਂਜੀ ਕੁਐਸਚਨ ਇਹ ਆ ਕਿ ਜੇਕਰ ਮਾਂ ਨੂੰ ਐਚ ਆਈ ਵੀ ਪ੍ਰੈਗਨੈਂਟ ਮਾਂ ਵਾ ਜਿਹੜੀ ਉਹ ਐਚ ਆਈ ਵੀ ਤੋਂ ਪੀੜ ਤੇ ਆ ਵਾਇਰਸ ਤੋਂ ਤਾਂ ਕਿ ਬੱਚੇ ਨੂੰ ਐਚ ਆਈ ਵੀ ਕੰਪਲਸਰੀ ਆ ਵੀ ਹੋਊਗਾ ਹੀ ਹੋਊਗਾ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਏ ਹਾਂ ਬੀ ਨਹੀਂ ਸੀ ਹੋ ਵੀ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ ਡੀ ਬਿਲਕੁਲ ਹੋ ਸਕਦਾ ਹੈ ਤਾਂ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੋਊਗਾ ਉਹ ਹੈਗਾ ਜੀ অপਸ਼ਨ ਨੰਬਰ ਸੀ ਵੀ ਇਹ ਕੰਪਲਸਰੀ ਨਹੀਂ ਹੈਗਾ ਹੋ ਵੀ ਸਕਦਾ ਵਾ ਬੱਚੇ ਨੂੰ ਅਤੇ ਨਹੀਂ ਵੀ ਹੋ ਸਕਦਾ ਠੀਕ ਹੈ ਜੀ ਜੇਕਰ ਮਾਂ ਐਚ ਆਈ ਵੀ ਵਾਇਰਸ ਤੋਂ ਪੀੜਤਾ ਤਾਂ ਬੱਚੇ ਨੂੰ ਕੰਪਲਸਰੀ ਨਹੀਂ ਉਹ ਬਚ ਵੀ ਸਕਦਾ ਵਾ ਵੀ ਨਹੀਂ ਵੀ ਹੋ ਸਕਦਾ ਠੀਕ ਹੈ ਬਟ ਹੋ ਵੀ ਸਕਦਾ ਵਾ ਸੋ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਨੈਕਸਟ 6 ਨੰਬਰ ਕੁਐਸਚਨ ਹਾਂਜੀ ਇਹਨਾਂ ਵਿੱਚੋਂ ਕਿੰਜ ਐਚ ਆਈ ਵੀ ਨਹੀਂ ਹੋ ਸਕਦਾ ਇਹਨਾਂ ਦੇ ਵਿੱਚੋਂ ਜਿਹੜੇ ਥੱਲੇ ਆਪਸ਼ਨ ਦਿੱਤੇ ਆ ਇਹਨਾਂ ਵਿੱਚੋਂ ਕਿਹੜੇ ਤਰੀਕੇ ਨਾਲ ਐਚ ਆਈ ਵੀ ਵਾਇਰਸ ਆ ਜਿਹੜਾ ਉਹ ਨਹੀਂ ਫੈਲਦਾ ਆਪਸ਼ਨ ਇਹ ਆ ਤੁਹਾਡੇ ਕੋਲ ਇਹ ਖੂਨ ਰਾਹੀਂ ਵੀ ਥੁੱਕ ਰਾਹੀਂ ਸੀ ਅਸੁਰੱਖਿਅਤ ਸਬੰਧਾ ਰਾਹੀਂ ਅਤੇ ਡੀ ਐਚ ਆਈ ਵੀ ਟੀਕੇ ਰਾਹੀਂ ਸੋ ਬਹੁਤ ਸੌਖਾ ਤੇ ਬਹੁਤ ਇੰਪੋਰਟੈਂਟ ਕੁਐਸਚਨ ਆ ਥੋੜਾ ਘਮਾ ਕੇ ਪੁੱਛਿਆ ਵਾ ਸੋ ਧਿਆਨ ਨਾਲ ਹਰੇ ਕੁਐਸਚਨ ਤੁਸੀਂ ਰੀਡ ਕਰਨਾ ਵਾ ਕਈ ਬੱਚੇ ਕੀ ਕਰਦੇ ਆ ਇਹਨਾਂ ਵਿੱਚੋਂ ਐਚ ਆਈ ਵੀ ਹੋ ਸਕਦਾ ਉਹਨਾਂ ਨੇ ਸਾਰੇ ਟਿਕ ਕਰ ਦੇਣੇ ਆ ਕਾਲੀ ਕਾਲੀ ਚ ਖੂਨ ਰਾਹੀਂ ਸੁਰੱਖਿਅਤ ਪਰ ਉਹਨਾਂ ਨੇ ਪੁੱਛਿਆ ਵੀ ਕਿਹੜੇ ਤਰੀਕੇ ਨਾਲ ਐਚ ਆਈ ਵੀ ਵਾਇਰਸ ਨਹੀਂ ਹੋ ਸਕਦਾ ਤਾਂ ਤੁਹਾਡਾ ਰਾਈਟ ਆਨਸਰ ਆ ਆਪਸ਼ਨ ਨੰਬਰ ਬੀ ਥੁੱਕ ਰਾਹੀਂ ਕਿਉਂਕਿ ਥੁੱਕ ਰਾਹੀਂ ਜਿਹੜਾ ਐਚ ਆਈ ਵੀ ਵਾਇਰਸ ਆ ਇਹ ਨਹੀਂ ਫੈਲਦਾ ਇਸ ਤੋਂ ਇਲਾਵਾ ਖੂਨ ਰਾਹੀਂ ਅਸੁਰੱਖਿਅਤ ਸਬੰਧਾਂ ਰਾਹੀਂ ਅਤੇ ਐਚ ਆਈ ਵੀ ਟੀ ਕੇ ਰਾਹੀਂ ਇਹ ਜਿਹੜਾ ਵਾਇਰਸ ਆ ਇਹ ਤਿੰਨਾਂ ਤਰੀਕਿਆਂ ਨਾਲ ਫੈਲਦਾ ਵਾ ਠੀਕ ਹੈ ਜੀ ਇਹਨਾਂ ਪੁਆਇੰਟਾਂ ਪੁਆਇੰਟਾਂ ਨੂੰ ਤੁਸੀਂ ਨੋਟ ਕਰਨਾ ਹੋਊਗਾ ਨੈਕਸਟ ਦੇਖਦੇ ਆਪਾਂ ਕੁਐਸਚਨ ਨੰਬਰ 7 ਹਾਂਜੀ ਐਚ ਆਈ ਵੀ ਹੋਣ ਦਾ ਮੁੱਖ ਲੱਛਣ ਕੀ ਹੈ অপਸ਼ਨ ਇਹ ਤੁਹਾਡੇ ਕੋ ਏ ਪੀਲੀਆ ਹੋਣਾ ਬੀ ਬਿਮਾਰ ਹੋਣਾ ਸੀ ਇੱਕ ਮਹੀਨੇ ਵਿੱਚ ਅਸਲੀ ਸਰੀਰ ਦੇ ਭਾਰ ਦਾ 10% ਘਟ ਜਾਣਾ ਜਾਂ ਡੀ ਖਾਂਸੀ ਰਹਿਣੀ ਸੋ ਇਹਨਾਂ ਦੇ ਵਿੱਚੋਂ ਕਿਹੜਾ ਲੱਛਣ ਆ ਜਿਹੜਾ ਐਚ ਆਈ ਵੀ ਹੋਣ ਦਾ ਮੁੱਖ ਲੱਛਣ ਮੰਨਿਆ ਜਾਂਦਾ ਆ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੋਊਗਾ ਜੀ ਉਹ ਹੈਗਾ ਆਪਸ਼ਨ ਨੰਬਰ ਸੀ ਜਦੋਂ ਆਪਣਾ 1 ਮਹੀਨੇ ਵਿੱਚ ਜਿਹੜਾ weight ਹੁੰਦਾ ਉਹ 10% ਤੋਂ ਘੱਟ ਹੋ ਜਵੇ ਤਾਂ ਮੰਨਿਆ ਜਾਂਦਾ ਕਿ ਐਚ ਆਈ ਵੀ ਹੁੰਦਾ ਇਹ ਮੁੱਖ ਲੱਛਣ ਆ ਠੀਕ ਹੈ ਜੀ ਜਦੋਂ weight ਲੂਜ਼ ਹੋਣ ਲੱਗ ਜਾਂਦਾ ਵਾ ਨੈਕਸਟ ਕੁਐਸਚਨ ਆਪਾਂ ਦੇਖਦੇ ਆ 8 ਨੰਬਰ ਕੁਐਸਚਨ हां जी एचआईवी ਬਿਮਾਰੀ ਦਾ ਨਿਰੀਖਣ ਕਿਵੇਂ ਕੀਤਾ ਜਾ ਸਕਦਾ ਹੈ ਇਸ ਬਿਮਾਰੀ ਦਾ ਕਿਵੇਂ ਪਤਾ ਲਾਇਆ ਜਾ ਸਕਦਾ ਤਾਂ ਆਪਸ਼ਨ ਨੇ ਤੁਹਾਡੇ ਕੋ ਇਹ ਬਲੱਡ ਟੈਸਟ ਰਾਹੀਂ ਵੀ ਪਿਸ਼ਾਬ ਟੈਸਟ ਰਾਹੀਂ ਸੀ ਪਲਾਜ਼ਮਾ ਟੈਸਟ ਰਾਹੀਂ ਜਾਂ ਡੀ ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੈ ਆਠ ਨੰਬਰ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ ਨੰਬਰ ਏ ਸੋ ਜਿਹੜੀ ਐਚਆਈਵੀ ਬਿਮਾਰੀ ਆ ਇਸ ਦਾ ਨਰੀਖਣ ਆ ਜਿਹੜਾ ਉਹ ਬਲੱਡ ਟੈਸਟ ਰਾਹੀਂ ਕੀਤਾ ਜਾਂਦਾ ਬਲੱਡ ਟੈਸਟ ਕਰਕੇ ਆਪਾਂ ਪਤਾ ਲਗਾ ਸਕਦੇ ਆ ਇਸ ਬਿਮਾਰੀ ਦਾ ਠੀਕ ਹੈ ਜੀ ਨੈਕਸਟ ਕੁਐਸਚਨ ਆ ਹਾਂਜੀ 9 ਨੰਬਰ ਤੇ ਕੁਐਸਚਨ ਆ ਐਚ ਆਈ ਵੀ ਦੇ ਨਰੀਖਣ ਲਈ ਪਹਿਲਾ ਟੈਸਟ ਕਿਹੜਾ ਕੀਤਾ ਜਾਂਦਾ ਹੈ ਤਾਂ ਆਪਸ਼ਨ ਆ ਤੁਹਾਡੇ ਕੋ ਏ ਐਲਿਜ਼ਮਾ ਬੀ ਐਲੀਸ਼ਾ ਸੀ ਐਲਿਜ਼ਨਾ ਅਤੇ ਡੀ ਐਲੀਸ਼ਾ ਸੋ ਇਹਨਾਂ ਦੇ ਵਿੱਚੋਂ ਕਿਹੜਾ ਟੈਸਟ ਆ ਜਿਹੜਾ ਐਚ ਆਈ ਵੀ ਦੇ ਨਰੀਖਣ ਲਈ ਸਭ ਤੋਂ ਪਹਿਲਾਂ ਕੀਤਾ ਜਾਂਦਾ ਵਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਆਪਸ਼ਨ ਨੰਬਰ ਬੀ ਐਲਿਸਨਾ ਨਾਂ ਦਾ ਟੈਸਟ ਐਲੀਸ਼ਾ ਸੌਰੀ ਐਲੀਸ਼ਾ ਨਾਂ ਦਾ ਜਿਹੜਾ ਟੈਸਟ ਆ ਇਹ ਐਚ ਆਈ ਵੀ ਦਾ ਨਰੀਖਣ ਕਰਨ ਲਈ ਕੀਤਾ ਜਾਂਦਾ ਹੈ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਹਾਂਜੀ 10 ਨੰਬਰ ਤੇ ਕੁਐਸਚਨ ਹੈ ਜੀ ਐਚ ਆਈ ਵੀ ਦੇ ਇਲਾਜ ਲਈ ਪਹਿਲਾ ਟੈਸਟ ਕਿਹੜਾ ਕੀਤਾ ਜਾਂਦਾ ਹੈ ਹਾਂਜੀ ਪਹਿਲਾ ਕੁਐਸਚਨ ਸੀਗਾ ਕਿ ਐਚ ਆਈ ਵੀ ਦੇ ਨਿਰੇਖਣ ਲਈ ਪਹਿਲਾ ਟੈਸਟ ਕਿਹੜਾ ਕੀਤਾ ਜਾਂਦਾ ਵਾ ਤੇ ਹੁਣ ਅਜੇ ਐਚ ਆਈ ਵੀ ਦੇ ਇਲਾਜ ਲਈ ਪਹਿਲਾ ਟੈਸਟ ਕਿਹੜਾ ਕੀਤਾ ਜਾਂਦਾ ਤਾਂ ਆਪਸ਼ਨ ਨੇ ਤੁਹਾਡੇ ਕੋਲੇ A ਵੈਸਟਰਨ ਬਲੱਡ ਟੈਸਟ B ਵੈਸਟਰਨ ਬਲੱਡ ਟੈਸਟ C ਵਾਇਰਸ ਬਲੱਡ ਟੈਸਟ ਅਤੇ D ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੈ ਉਹ ਹੈਗਾ ਜੀ ਆਪਸ਼ਨ ਨੰਬਰ ਬੀ ਵੈਸਟਰਨ ਬਲੌਟ ਟੈਸਟ ਆ ਜਿਹੜਾ ਉਹ ਐਚ ਆਈ ਵੀ ਦੇ ਇਲਾਜ ਲਈ ਕੀਤਾ ਜਾਂਦਾ ਹੈ ਨੈਕਸਟ 11 ਨੰਬਰ ਕੁਐਸਚਨ ਐਡਜ਼ ਦੌਰਾਨ ਟੀ ਸੈੱਲਾਂ ਦੀ ਸੰਖਿਆ ਕਿੱਥੋਂ ਤੱਕ ਘਟ ਜਾਂਦੀ ਹੈ ਤਾਂ ਆਪਸ਼ਨ ਇਹ ਤੁਹਾਡੇ ਕੋਲ ਏ ਅੱਧ ਤੱਕ ਬੀ ਸੌਵੇਂ ਹਿੱਸੇ ਤੱਕ ਸੀ ਦਸਵੇਂ ਹਿੱਸੇ ਤੱਕ ਅਤੇ ਡੀ ਹਜ਼ਾਰਵੇਂ ਹਿੱਸੇ ਤੱਕ ਸੋ ਇਸ ਦੌਰਾਨ ਜਿਹੜੇ T ਸੈੱਲ ਹੁੰਦੇ ਆ ਆਪਣੇ ਉਹਨਾਂ ਦੀ ਸੰਖਿਆ ਕਿੱਥੋਂ ਤੱਕ ਘਟ ਜਾਂਦੀ ਆ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ অপਸ਼ਨ ਨੰਬਰ B ਸੋ ਇਹ 100ਵੇਂ ਹਿੱਸੇ ਤੱਕ ਘਟ ਜਾਂਦੀ ਹੈ ਨੈਕਸਟ ਆਪਾਂ ਦੇਖਦੇ ਆ ਕੁਐਸਚਨ ਨੰਬਰ 12 ਹਾਂਜੀ ਏਡਜ਼ ਦਾ ਸਭ ਤੋਂ ਪਹਿਲਾਂ ਪਤਾ ਕਿਹੜੇ ਦੇਸ਼ ਵਿੱਚ ਲੱਗਾ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਆ অপਸ਼ਨ ਨੇ ਤੁਹਾਡੇ ਕੋ ਇਹ ਜਾਪਾਨ ਬੀ ਬ੍ਰਿਟੇਨ ਸੀ ਡੈਨਮਾਰਕ ਅਤੇ ਡੀ ਯੂ ਐਸ ਏ ਸੋ ਇਹ ਕੁਐਸਚਨ ਆਪਾਂ ਕਾਫੀ ਵਾਰ ਪਹਿਲਾਂ ਵੀ ਸ਼ਾਇਦ ਵੀਡੀਓ ਦੇ ਵਿੱਚ ਕਰ ਚੁੱਕੇ ਆ ਏਡਜ਼ ਦਾ ਸਭ ਤੋਂ ਪਹਿਲਾਂ ਪਤਾ ਕਿਹੜੇ ਦੇਸ਼ ਵਿੱਚ ਲੱਗਾ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ অপਸ਼ਨ ਨੰਬਰ ਡੀ ਏਡਜ਼ ਦਾ ਸਭ ਤੋਂ ਪਹਿਲਾਂ ਯੂ ਐਸ ਏ ਵਿੱਚ ਪਤਾ ਲੱਗਿਆ ਸੀਗਾ ਯਾਨੀ ਕਿ ਅਮਰੀਕਾ ਦੇ ਵਿੱਚ ਨੈਕਸਟ ਆਪਾਂ ਦੇਖਦੇ ਆ 13 ਨੰਬਰ ਕੁਐਸਚਨ ਐਡਜ਼ ਸਭ ਤੋਂ ਪਹਿਲਾਂ ਕਿਹੜੇ ਸਾਲ ਵਿੱਚ ਲੱਭੀ ਜਾਂ ਐਡਜ਼ ਦਾ ਸਭ ਤੋਂ ਪਹਿਲਾ ਕੇਸ ਸੀਗਾ ਜਿਹੜਾ ਉਹ ਕਿਹੜੇ ਸਾਲ ਦੇ ਵਿੱਚ ਪਾਇਆ ਗਿਆ ਸੀ ਤਾਂ ਆਪਸ਼ਨ ਨੇ ਤੁਹਾਡੇ ਕੋਲ ਏ ਜੂਨ 1981 ਵਿੱਚ ਬੀ ਦਸੰਬਰ 1983 ਵਿੱਚ ਸੀ ਮਈ 1982 ਵਿੱਚ ਅਤੇ ਡੀ ਅਪ੍ਰੈਲ 1984 ਦੇ ਵਿੱਚ ਸੋ ਇਜ਼ ਇਜ਼ ਦਾ ਜਿਹੜਾ ਪਹਿਲਾ ਕੇਸ ਸੀ ਉਹ ਕਦੋਂ ਪਾਇਆ ਗਿਆ ਕਿਹੜੇ ਸਾਲ ਵਿੱਚ ਹੈ ਲੱਭੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ অপਸ਼ਨ ਨੰਬਰ ਏ ਸੋ ਜੂਨ 1981 ਦੇ ਵਿੱਚ ਏਡਜ਼ ਦਾ ਪਹਿਲਾ ਕੇਸ ਸੀਗਾ ਜਿਹੜਾ ਪਾਇਆ ਗਿਆ ਸੀਗਾ ਸੋ ਇਹ ਸੀਗੇ ਜੀ ਐਚ ਆਈ ਵੀ ਏਡਜ਼ ਤੇ ਨਾਲ ਸੰਬੰਧਿਤ ਕੁਝ ਇੰਪੋਰਟੈਂਟ ਕੁਐਸਚਨਸ ਸੋ ਰੈਡ ਰਿਵਨ ਵੀ ਏਡਜ਼ ਨੂੰ ਹੀ ਕਿਹਾ ਜਾਂਦਾ ਵਾ ਕਾਫੀ ਸਾਰੇ ਬੱਚੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛਦੇ ਰਹਿੰਦੇ ਆ ਕਿ ਰੈੱਡ ਰਿਬਨ ਦੇ ਨਾਲ ਸੰਬੰਧਿਤ ਕੁਐਸਚਨ ਕਰਵਾਓ ਸੋ ਇਹ ਕੁਐਸਚਨ ਨੇ ਜਿਹੜੇ ਇਹ ਇੰਪੋਰਟੈਂਟ ਸੀਗੇ ਉਮੀਦ ਕਰਦਾ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਹੋਰ ਲੇਟੈਸਟ ਐਮਸੀਕਿਊਜ਼ ਲੈ ਕੇ ਸੋ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਧੰਨਵਾਦ